ਸੀ ਕਿਉਂ ਨਹੀਂ ਛੋੜ ਕੇ ਜਾ ਸਕਦੀ ਤੁਸੀਂ ਆਪਣੀ ਜ਼ਿੱਦ ਨਹੀਂ ਛੱਡ ਸਕਦੇ ਮੈਂ ਭੋਲਾ ਨਹੀਂ ਛੱਡ ਸਕਦੀ ਅੱਗੇ ਵੀ ਜਾਣਾ ਚਲਾ ਗਿਆ ਤੂੰ ਕਹਿੰਦਾ ਨਹੀਂ ਤੁਹਾਡੀ ਬੀਵੀ ਤੇ ਨਫ਼ਰਤ ਕਰਦੀ ਮਰਦਾ ਕੋਲੋਂ ਅਗਲਾ ਗੈਰਤਮੰਦ ਬੰਦਾ ਸੀ ਕਾਹਦੇ ਨਹੀਂ ਨਫ਼ਰਤ ਕਰਦੇ ਤੁਸੀਂ ਮਰਦਾ ਤੋਂ ਹੈ ਕੀ ਪਤਾ ਨੇ ਤੁਹਾਨੂੰ ਕਿਹਾ ਕਿਉਂ ਕਰਦੇ ਹੋ ਨਫ਼ਰਤ ਦੱਸੋ ਮੈਨੂੰ ਜਵਾਬ ਦਿਓ ਅੱਜ ਇਸ ਲਈ ਕਿ ਮਰਦ ਜ਼ਾਲਿਮ ਹੈ ਕੀ ਜ਼ੁਲਮ ਕੀਤਾ ਤੁਹਾਡੇ ਨਾਲ ਬੀਬੀ ਜੀ ਮਰਦ ਸਿਰਫ ਖਾਵਾਂ ਦੀ ਨਹੀਂ ਹੈਗਾ ਮਰਦ ਪੁੱਤਰ ਏ ਭਰਾ ਏ ਸਾਰਾ ਕੁਛ ਏ ਤੇ ਨਾਲੇ ਚੇਤਾ ਕਰੋ ਉਹ ਵੀ ਮਰਦ ਏ ਜਿਹੜਾ ਸਰਹੱਦਾਂ ਤੇ ਖਲੋ ਕੇ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੰਦੇ ਨੇ ਤੇ ਤੁਹਾਡੀ ਇਸ ਤਰ੍ਹਾਂ ਉਹ ਵੀ ਮਰਦ ਹੀ ਹੁੰਦਾ ਜਿਹੜੇ ਟੈਂਕਾਂ ਦੇ ਥੱਲੇ ਜਾਂਦਾ ਆਪਣੀ ਜਾਨ ਆਪਣਾ ਖੂਨ ਉੱਥੇ ਵਿਚਾ ਦਿੰਦਾ ਕਿ ਤੁਹਾਡੇ ਨਿਕਲ ਦੁਸ਼ਮਣ ਵੈਰੀ ਨਾ ਆਵੇ ਤੁਸੀਂ ਜਾਓ ਸਰਹੱਦ ਦੇ ਉੱਤੇ ਤੁਸੀਂ ਤਾਂ ਇੱਕ ਸਿੱਖ ਦੀ ਕਾਢ ਨਹੀਂ ਕੱਢਣੀ ਲੇਕਿਨ ਨਹੀਂ ਤੂੰ ਪੱਥਰ ਦਿਲ ਸਹਿ ਤੇ ਪੱਥਰ ਦਿਲ ਰਵੇਂਗੀ ਔਰ ਇਸ ਹਵੇਲੀ ਚ ਕੱਲੀ ਕੱਲੀ ਰਹਿ ਜਾਏਗੀ ਤੂੰ ਇਸ ਤੋਂ ਪਹਿਲੇ ਕਿ ਤੂੰ ਮੈਨੂੰ ਕੁਛ ਕਹਿਣਾ ਮੇਰੇ ਵੱਲੋਂ ਫਾਰੇ ਨੇ ਆਪਣਾ ਲੰਗੜੇ ਨਹੀਂ ਸਨ ਇਸ ਤਰ੍ਹਾਂ ਕੋਈ ਵੀ ਬੰਦਾ ਜਿਹੜਾ ਸੀ ਨਾ ਉਹ ਸਾਰਾ ਡਰਾਮਾ ਸੀ ਤੈਨੂੰ ਸਹੀ ਕਰਨ ਵਾਸਤੇ ਕੋਈ ਚੋਰ ਨਹੀਂ ਸੀ ਕੋਈ ਕੁਛ ਨਹੀਂ ਸੀ ਤੇਰੀਆਂ ਸਾਰੀਆਂ ਚੀਜ਼ਾਂ ਪੂਰੀਆਂ ਨੇ ਅੰਦਰ ਜਾ ਕੇ ਵੇਖ ਲੈ ਇਹ ਤੇ ਤੈਨੂੰ ਸਿਰਫ ਸਿੱਧਾ ਕਰਨ ਵਾਸਤੇ ਨਾ ਅਸੀਂ ਇਹ ਕੰਮ ਕੀਤਾ ਤੁਸੀਂ ਕਿਉਂ ਵਿੰਗੇ ਹੋ ਗਏ ਹੁਣ ਤੈਨੂੰ ਸਿੱਧਾ ਕੀਤਾ ਤੇ ਆਪ ਤੇ ਵਿੰਗਾ ਹੋਣਾ ਪਏਗਾ ਅੱਜ ਮੈਂ ਇੱਕ ਫੰਕਸ਼ਨ ਦਾ ਬੰਦੋਬਸਤ ਕੀਤਾ ਹਾਂ ਤੇਰੇ ਮੰਨਣ ਦੀ ਖੁਸ਼ੀ ਚ ਠੀਕ ਹੈ ਤੇ ਹੁਣ ਮਜ਼ੇ ਆਣ ਕੇ ਫਿਰ ਮਿਲੋ ਆ ਜਾਓ ਐਵੇਂ ਸਾਡੇ ਆਪਣਾ ਜਿਹੜੇ ਕੋਈ ਬਾਤ ਕਰੋ ਹੈ ਬਾਤ ਕਰੋ ਬਾਤ ਕਰੋ ਮੇਰੀ ਗੱਲ ਸੁਣੋ ਯਾਰ ਸੇ ਫੰਕਸ਼ਨ ਬਾਤ ਕਰੋ ਸੁਣੇ ਨਾ ਬਾਤ ਕਰੋ ਮਿਲੋ ਓ ਇਹ ਸਾਡੇ ਮਾਲੀ ਆ ਭਾਈ ਅੱਛਾ ਫੰਕਸ਼ਨ ਹੈ ਇਹ ਹਮਾਰਾ ਘਰ ਹੈ ਉਹ ਕਿਹੜਾ ਘਰ ਹੈ ਨਾ ਕਹਣਾ ਬਹੁਤ ਬੜਾ ਫੰਕਸ਼ਨ ਹੈ ਤੇ ਪਾਣੀ ਪਾਣੀ ਮੇਰੀ ਗੱਲ ਮੇਰੀ ਗੱਲ ਮੇਰੀ ਗੱਲ ਮਿਲੋ ਮਿਲੋ ਬਾਤ ਓ ਇਹ ਫੰਕਸ਼ਨ ਹੈ ਵੀ ਨਹੀਂ ਰਖਾਇਆ ਯਾਰ ਕਿਸੇ ਨੇ ਰਖਾਇਆ ਓਏ ਇਹ ਤਾਂ ਨਹੀਂ ਪਤਾ ਕੀ ਹੈ ਤੇ ਮੇਰੀ ਗੱਲ ਤੁਸੀਂ
You're